ਸਾਡੇ ਅੱਜ ਦੇ ਲੈਕਚਰ ਵਿੱਚ ਅਸੀਂ 10th ਕਲਾਸ ਦਾ ਟੌਪਿਕ ਹੈ ਐਸਿਡ ਬੇਸ ਇੰਡੀਕੇਟਰਸ ਉਹਦੇ ਬਾਰੇ ਪੜ੍ਹਾਂਗੇ ਤੁਹਾਡੇ ਕੋਲੇ ਇੱਥੇ ਜਿਹੜੀ ਪਹਿਲੀ ਡੈਫੀਨੇਸ਼ਨ ਆ ਰਹੀ ਆ ਉਹ ਆ ਰਹੀ ਆ ਇੰਡੀਕੇਟਰ ਦੀ ਇੰਡੀਕੇਟਰ ਇੱਕ টাইਪ ਦੀ ਡਾਈ ਹੁੰਦੇ ਨੇ ਡਾਈ ਕੀ ਹੁੰਦੀ ਹੈ ਇੱਕ ਕਲਰਡ ਸਬਸਟੈਂਸ ਹੁੰਦੀ ਹੈ ਠੀਕ ਹੁਣ ਇਸ ਕਲਰਡ ਸਬਸਟੈਂਸ ਨੇ ਤੁਹਾਨੂੰ ਕੀ ਕਰਨਾ ਇੰਡੀਕੇਟ ਕਰਨਾ ਕੀ ਇੰਡੀਕੇਟ ਕਰਨਾ ਕਿ 기ਵਨ ਸੋਲੂਸ਼ਨ ਜਿਹੜਾ ਤੁਹਾਨੂੰ ਆ ਦਿੱਤਾ ਹੋਇਆ ਹੈ वो इस तक का बेसिक है कि न्यूट्रल है कि अपना कलर चेंज करके तो की करूंगी इंडीकेट करेगी कुछ एसिड बेस इंडीकेटर्स ने जिन्हों कॉमनली यूज़ करते हैं उन्होंने नंबर एक तो है लिटमस सोल्यूशन या लिटमस पेपर्स दैन फिनॉलोलफलीन मिथायल ऑरेंज रेड कैबे जूस टर्मरिक पेपर एंड 올 팩토리 인디케이터즈 ਜਿਹੜੇ 올 팩토리 인디케이터ਸ ਨੇ ਇਹਨਾਂ ਦੇ ਵਿੱਚ ਅਸੀਂ ਅਨੀਅਨ ਯੂਜ਼ ਕਰਦੇ ਆਂ, ਕਲੋਵਲ ਯੂਜ਼ ਕਰਦੇ ਆਂ, ਵਨੀਲਾ ਐਸੈਂਸ ਯੂਜ਼ ਕਰਦੇ ਆਂ। ਠੀਕ ਹੈ ਜੀ। ਹੁਣ ਅਸੀਂ ਇਹਨਾਂ ਸਾਰਿਆਂ ਬਾਰੇ ਥੋੜਾ ਥੋੜਾ ਡਿਟੇਲ ਦੇ ਵਿੱਚ ਪੜਾਂਗੇ ਕਿਦਾਂ ਕਲਰ ਚੇਂਜ ਕਰਦੇ ਆ, ਕਿਹੜਾ ਕਲਰ ਐਕਵਾਇਰ ਕਰਦੇ ਜਦੋਂ ਐਸਿਡ, ਬੇਸਿਕ ਜਾਂ ਨਿਊਟਰਲ ਮੀਡੀਅਮ 'ਚ ਹੁੰਦੇ ਆ। ਲਿਟਮਸ ਸੋਲੂਸ਼ਨ ਜੋ ਹੈ, ਦੈਟ ਇਜ਼ ਅ ਨੈਚੁਰਲ ਡਾਈ। ਜੋ ਕਿਤੇ ਤੋਂ ਬਣਦੀ ਹੈ, ਇੱਕ ਸਮਾਲ ਪਲਾਂਟ ਤੋਂ ਬਣਦੀ ਹੈ ਜਿਹਦਾ ਨਾਮ ਹੈ ਲਾਈਕਨ। ਕਰਦੇ ਕੀ ਹੈ ਲਾਈਕਨ ਦਾ ਜਿਹੜਾ ਐਕਸਟ੍ਰੈਕਟ ਹੁੰਦਾ ਠੀਕ ਹੈ ਉਹਦਾ ਨੇਚਰ ਕੀ ਹੁੰਦਾ ਨਿਊਟਰਲ ਹੁੰਦਾ ਹੁਣ ਜਿਹੜਾ ਉਹ ਲਾਈਕਨ ਦਾ ਜਿਹੜਾ ਐਕਸਟ੍ਰੈਕਟ ਹੈ ਅਗਰ ਉਹਨੂੰ ਐਸਿਡੀਫਾਈਡ ਕਰ ਦਿੰਦੇ ਆ ਮਤਲਬ ਉਹਨੂੰ ਐਸਿਡ ਚ ਡਿਸੋਲਵ ਕਰ ਲੈਂਦੇ ਆ ਤਾਂ ਸਾਡੇ ਕੋਲੇ ਬਣ ਜਾਂਦਾ ਰੈੱਡ ਲਿਟਮਸ ਸੋਲੂਸ਼ਨ ਅਗਰ ਉਸ ਐਕਸਟ੍ਰੈਕਟ ਨੂੰ ਅਸੀਂ ਟ੍ਰੀਟ ਕਰਦੇ ਆ ਕਿਸੇ ਅਲਕਲਾਈਨ ਸੋਲੂਸ਼ਨ ਦੇ ਨਾਲ ਤਾਂ ਸਾਡੇ ਕੋਲੇ ਬਣ ਜਾਂਦਾ ਬਲੂ ਲਿਟਮਸ ਸੋਲੂਸ਼ਨ ਇੱਦਾਂ ਸਾਡੇ ਕੋਲ ਰੈੱਡ ਲਿਟਮਸ ਤੇ ਬਲੂ ਲਿਟਮਸ ਸੋਲੂਸ਼ਨਸ ਆ ਜਾਂਦੇ ਨੇ ਹੁਣ ਇਹ ਲਿਟਮਸ ਸੋਲੂਸ਼ਨ ਤੋਂ ਹੀ ਲਿਟਮਸ ਪੇਪਰਸ ਬੰਦਦੇ ਨੇ ਤੇ ਕਿੱਦਾਂ ਬੰਦਦੇ ਨੇ ਫਿਲਟਰ ਪੇਪਰ ਲੈਂਦੇ ਆ ਫਿਲਟਰ ਪੇਪਰ ਨੂੰ ਬਲੂ ਲਿਟਮਸ ਤੇ ਰੈੱਡ ਲਿਟਮਸ ਸੋਲੂਸ਼ਨਸ ਦੇ ਵਿੱਚ ਦੋ ਅਲੱਗ-ਅਲੱਗ ਬੀਕਰਸ ਦੇ ਵਿੱਚ ਡਿਪ ਕਰ ਦਿੰਦੇ ਆ ਠੀਕ ਹੈ ਥੋੜੀ देर ਪਏ ਰਹਿਣ ਦਿੰਦੇ ਆ ਫਿਰ ਉਹਨਾਂ ਨੂੰ ਕੀ ਕਰਦੇ ਆ ਫਿਰ ਉਹਨਾਂ ਨੂੰ ਉਸ ਬੀਕਰਸ ਦੇ ਵਿੱਚੋਂ ਨਾ ਬੀਕਰਸ ਤੋਂ ਬਾਹਰ ਕੱਢ ਲੈਂਦੇ ਆ ਇਹ ਉਹਨਾਂ ਨੂੰ ਡਰਾਈ ਕਰਦੇ ਆਂ ਔਰ ਸਾਡੇ ਕੋਲੇ ਫਾਈਨਲੀ ਰੈਡ ਲਿਟਮਸ ਤੇ ਬਲੂ ਲਿਟਮਸ ਪੇਪਰਸ ਤਿਆਰ ਹੁੰਦੇ ਨੇ ਜਿਨ੍ਹਾਂ ਦੇ ਨਾਲ ਅਸੀਂ ਆਪਣੇ ਅਲੱਗ-ਅਲੱਗ ਐਕਸਪੈਰੀਮੈਂਟ ਕੈਰੀ ਆਊਟ ਕਰਦੇ ਆਂ ਤਾਂ ਤੁਸੀਂ ਦੇਖ ਰਹੇ ਹੋ ਤੁਹਾਡੇ ਸਾਹਮਣੇ ਬਹੁਤ ਸਾਰੀਆਂ ਚੀਜ਼ਾਂ ਪਈਆਂ ਆ ਜਿਹੜੀਆਂ ਸਾਡੇ ਡੇਲੀ ਯੂਜ਼ ਵਿੱਚ ਆਂਦੀਆਂ ਸਭ ਤੋਂ ਪਹਿਲਾਂ ਅੱਜਕੱਲ੍ਹ ਅਸੀਂ ਬਰਹਸਾ ਦਾ ਰੱਤ ਹੋ ਰਹੇ ਹਾਂ ਕਿਉਂਕਿ ਅਸੀਂ ਆਪਣੀ ਸੇਫਟੀ ਚਾਹੁੰਦੇ ਹਾਂ ਤਾਂ ਚਾਹੀਓ ਹੈਂਡ ਵਾਸ਼ ਹੈ ਚਾਹੀਓ ਨੋਰਮਲ ਸੋਪ ਹੈ ਠੀਕ ਹੈ ਉਸ ਤੋਂ ਬਾਅਦ ਸਾਡੇ ਕੋਲੇ ਲੈਮਨ ਪਿਆ ਸਾਨੂੰ ਸਾਰਨ ਪਤਾ ਹੈ ਲੈਮਨ ਕੀ ਕਰਦਾ ਲੈਮਨ ਦਾ ਸਵਾਦ ਕਿਦਾਂ ਹੁੰਦਾ ਖੱਟਾ ਹੁੰਦਾ ਨਾਲ ਦੀ ਨਾਲ ਸਾਡੇ ਕੋਲੇ ਇੱਕ ਐਂਟ ਐਸਿਡ ਪਈ ਹੈ ਕਈ ਬੰਦੇ ਕੇੰਦਰ ਸਾਨੂੰ ਬਹੁਤ ਐਸਿਡਿਟੀ ਹੋ ਗਈ ਹੈ ਠੀਕ ਹੈ ਤਾਂ ਇਹ ਹੀ ਅ ਜਿਹੜੀ ਟੈਬਲੇਟ ਹੈਗੀ ਹੈ ਇਹ ਐ ਲiquid ਫਾਰਮ ਦੇ ਵਿੱਚ ਵੀ ਆਉਂਦੀ ਹੈ ਜੈਲਰਸ ਹੈ ਨਾ ਅਸੀਂ ਲੈਂਦੇ ਹਾਂ ਉਸ ਟਾਈਮ ਸੌਲਟ ਕਮਨ ਸੌਲਟ ਐਨ ਐ ਸੀ ਐਲ ਆਪਾਂ ਆਪਣੀ ਰੋਲਸ ਦੀ ਡੇਲੀ ਜੋ ਵੀ ਸਬਜੀ ਬਣਾਉਂਦੇ ਆ ਠੀਕ ਹੈ ਉਹਦੇ ਵਿੱਚ ਨੂੰ ਯੂਜ਼ ਕਰਦੇ ਹਾਂ ਉਸ ਤੋਂ ਬਾਅਦ ਸਾਡੇ ਕੋਲੇ ਕੀ ਹੈ ਇਮਲੀ ਹੈ ਨਾ ਕਿਦਾਂ ਦਾ ਸਵਾਦ ਹੁੰਦਾ ਹੈ ਇਹਦਾ ਖੱਟਾ আচ্ছা ਉਸ ਤੋਂ ਬਾਅਦ ਚੌਕ ਤੇ ਨਾਲ ਮੇਰੇ ਕੋਲੇ ਕੀ ਪਿਆ ਹੋਇਆ ਹੈ विनेगर पिया हुआ ठीक तो यह सारिया चीजा असं क्यों कटिया क्योंकि असी इन्ह सारिया चीजा का नेचर चैक करवा इना चो कौन एसडिक है कौन बेसिक है ठीक कि दा? असी यह सब कुछ चैक करा इनद नेचर के एसटिक ने कि बेसिक ने विद द हेल्प ऑफ इंडीकेटर् इंडीकेटर्स एक इंडीकेटर है साढ़े को ब्लू लिटमस तो दूसरा है साढ़े कले रेड लिटमस ठीक है तो ये इंडीकेटर की करदा इन्होंने ना नाम तो ही क्लीयर है इंडीकेटर इंडीकेट करम ही इंडीकेट करना की इंडीकेट द दल्यूशन वैदर द गिवन सबसटैंस इज एसडिक और बेसिक और न्यूट्रल कि बाय चेंजिंग देयर कलर ठीक तो वारी वारी असं देखते दे हैं कि ब्ल्यू लिटमस की करता ਤੇ ਫੇ ਰੈਡ ਲਿਟ ਮਸਕੀ ਕਰਦਾ ਆਓ ਚੈੱਕ ਕਰੀਏ ਸਭ ਤੋਂ ਪਹਿਲਾਂ ਮੈਂ ਕੀ ਕੀਤਾ ਮਲਾਮਨ ਦੇ ਕੁਝ ਪੀਸਸ ਨੂੰ ਬੀਕਰ ਦੇ ਵਿੱਚ ਪਾ ਦਿੱਤਾ ਹੁਣ ਮੈਂ ਇਹਦੇ ਵਿੱਚ ਕੀ ਐਡ ਕਰਾਂਗੇ ਮੈਂ ਇਹਦੇ ਵਿੱਚ ਐਡ ਕਰਾਂਗੇ ਵਾਟਰ ਠੀਕ ਹੈ ਵਾਟਰ ਐਡ ਕਰ ਕਰਨ ਤੋਂ ਬਾਅਦ ਮੇਰੇ ਕੋਲੇ ਕਿਹੜਾ ਸੋਲੂਸ਼ਨ ਬਣ ਜਾਊਗਾ ਲੈਮਨ ਦਾ ਸੋਲੂਸ਼ਨ ਬਣ ਜਾਊਗਾ ਠੀਕ ਹੈ ਲਓ ਮੈਂ ਵਿੱਚ ਥੋੜਾ ਜਿਹਾ ਵਾਟਰ ਐਡ ਕਰ ਦਿੱਤਾ तो मैं लैमन सोल्यूशन बना लिया और लैमन सोल्यूशन मैं कि करती थी जो ब्लू लिटमस वाला एक पूरा पैक है और मैं एक ब्लू लिटमस का स्ट्रिप कट लिया और ड्रॉपर के नाम की करा थोड़ा जहा लैमन वाटर लाँगी और ब्लू लिटमस के सइडते लगा के देखा ओके आ देखो कैन यू सी द कलर चेंज ठीक है तो कलर की हो गया ब्लू तो रेड हो गया ठीक है केड़ा लिटमस पेपर डिप किया यूज किया ब्लू कलर के चेंज हो गया रेड के चेंज हो गया हम नैक्सट देखो नैक्सट असी इसे लैमन सोल्यूशन के रेड लिटमस में नैक करते हैं हूँ रेड लिटमस पेपर ले आता और फिर वो की थोड़ा जो ड्रॉपर के थोड़ा ਲਮਨ ਦਾ ਜਿਹੜਾ ਸੋਲੂਸ਼ਨ ਬਣਾਇਆ ਹੋਇਆ ਪਾਇਆ ਅਸੀਂ ਦੇਖ ਰਹੇ ਹਾਂ ਕਲਰ ਦੇ ਵਿੱਚ ਕੋਈ ਚੇਂਜ ਨਹੀਂ ਆ ਰਹੀ ਨਹੀਂ ਆ ਰਹੀ ਨਾ ਜਦ ਕਿ ਬਲੂ ਵਾਲੇ ਲੇਟਮਸ ਫਟੋ ਰੈੱਡ ਹੋ ਗਿਆ ਸੀ ਇਹਦੇ ਕਲਰ ਦੇ ਵਿੱਚ ਕੋਈ ਚੇਂਜ ਨਹੀਂ ਆ ਰਹੀ ਠੀਕ ਹੈ ਤਾਂ ਇਹ ਪੁਆਇੰਟ ਨੋਟ ਕਰਨੀ ਹੈ ਕਿ ਜਦੋਂ ਸਾਡੇ ਕੋਲ ਬਲੂ ਲੇਟਮਸ ਸੀ ਤਾਂ ਉਹਦਾ ਕਲਰ लैमन वाटर चेंज हो गया रेड बट रेड लिटमस कोई भी चेंज रेड लिटमस पेपर कोई भी चेंज नहीं आई ठीक है अगर मैं लिखा कि फॉर लैमन वाटर ब्लू लिटमस पेपर चेंजिस टू इट्स कलर चेंजिस टू रेड एंड टू रेड लिटमस पेपर देर इज नो चेंज इन कलर ये पॉइंट्स नोट करने वाले हैं तो की कियाे तो एक इंडीकेटर ने ठीक है जी कि इंडीकेटर ब्ल्यू लिटमस ने कि कर दिता कलर चेंज ब्ल्यू लिटमस पेपर ने अपना कलर चेंज कर लिया और कि चेंज हो गया रेड चेंज हो गया तो ये एक इंडीकेशन दिता पा बाय चेंजिंग इट्स कलर की के जो भी ब्ल्यू लिटमस नल्यूशन तो वह अपना कलर किस कलर कि ब्ल्यू तो रैड चला जाऊगा बट तो, अगर असडिक सोल्यूशन पावे कि एसडिक सोल्यूशन ट्रीट करा रैड लिटमस के रैड लिटमस सोल्यूशन या रैड लिटमस पेपर देर विल बी नो चेंज इन इट्स कलर ठीक है तो तो मैं पेपर इंडिकेट्स, गिवन देखो, मैं की की मैं देखो अपने को एक सोप मैं की टच करके देख रही है? एक पेपर टच करके देख रही ठीक है, है मैं देखा कि देख, कलर कोई चेंज आ चलो नोट करो ध्यान देना रेड लिटमस पेपर है वो की हो गया थोड़ा थोड़ा ब्लू हो गया हो गया ना अच्छा हूँ カラー ਤੁਸੀਂ ਨੋਟ ਕਰ ਲਿਆ ਕਲਰ ਤੁਹਾਡੇ ਕੋਲੇ ਚੇਂਜ ਹੋ ਗਿਆ ਠੀਕ ਹੈ ਕਿਹੜਾ ਹੋ ਗਿਆ ਬਲੂ ਹੋ ਗਿਆ ਹੁਣ ਕੀ ਕਰਦੇ ਹਾਂ ਜੋ ਬਲੂ ਲਿਟਮਸ ਪੇਪਰ ਆ ਉਹਨੂੰ ਲੈ ਕੇ ਆਮਨੇ ਆਂ ਔਰ ਕੀ ਕਰਦੇ ਹਾਂ ਉਹਨੂੰ ਅਸੀਂ ਆਪਣੇ ਸੋਪ ਦੇ ਨਾਲ ਟੱਚ ਕਰਕੇ ਦੇਖਦੇ ਹਾਂ ਕਿ ਉਹਦੇ ਵਿੱਚ ਕੋਈ ਕਿ ਉਹਦੇ ਕਲਰ ਚ ਕੋਈ ਚੇਂਜ ਆ ਰਿਹਾ ਹੈ ਚੈੱਕ ਕਰੋ ਕੋਈ ਵੀ ਕਲਰ ਚੇਂਜ ਨਹੀਂ ਆ ਰਹੀ ਨਹੀਂ ਆ ਰਹੀ ਨਾ ਤੋਂ ਬਲੂ ਲਿਟਮਸ ਦਾ ਨਾ देयर इज नो ਕਲਰ ਚੇਂਜ ਬਟ ਇਨ ਵਿਦ ਦਿ ਰੈਡ ਲਿਟਮਸ ਪੇਪਰ The कलर ऑफ रेड लिटमू राइट कलोराइड की थोड़ी जी पेस्ट बना लें वॉच क्लास ते तो थोड़ा जा सोडियम कलोराइड लेकिन थोड़ा जा वॉटर ऐड कर लाने लो थोड़ा ए वॉटर ऐड कर लिया तो ये की बना ली पेस्ट बना ली ठीक हूँ

कि सॉल्ट का चाहे ब्ल्यू लिटमस पेपर हो चाहे वह रेड लिटमस पेपर होए उन्होंने कोई भी कलर चेंज नहीं आता ठीक तो ये सारे पॉइंट्स ने जो तो नोट करके रखने हैं सो इंडीकेटर्स की कर रहे हैं इंडिकेटर्स एज दे नेम इंडीकेट्स कि दे चेंज दे कलर एंड वे इंडिकेट वैदर दल्यूशन ਦੇ ਆਰ ਐਸਿਡਿਕ ਬੇਸਿਕ ਔਰ ਨਿਊਟਰਲ ਦੇਖੋ ਜੋ ਤੁਹਾਡੇ ਕੋਲੇ ਬਲੂ ਲਿਟਮਸ ਹੈ ਉਹ ਐਸਿਡਿਕ ਸੋਲੂਸ਼ਨ ਦੇ ਨਾਲ ਰੈੱਡ ਕਲਰ ਦਿੰਦਾ ਤੇ ਉਹੀ ਬਲੂ ਲਿਟਮਸ ਬੇਸਿਕ ਕੋਈ ਤੁਹਾਡੇ ਕੋਲੇ ਬੇਸ ਹੈ ਉਹ ਵਾਲਾ ਸਬਸਟੈਂਸ ਹੈ ਉਹਦੇ ਨਾਲ ਤੁਹਾਡੇ ਕੋਲੇ ਬਲੂ ਲਿਟਮਸ ਦੇ ਵਿੱਚ ਕੋਈ ਕਲਰ ਚੇਂਜ ਨਹੀਂ ਆਉਂਦੀ ਤੇ ਬਲੂ ਲਿਟਮਸ ਸਾਲਟ ਦੇ ਨਾਲ ਵੀ ਕੋਈ ਕਲਰ ਚੇਂਜ ਨਹੀਂ ਕਰਦਾ ਅੱਛਾ ਜੀ ਰੈੱਡ ਲਿਟਮਸ ਕੀ ਕਰਦਾ एसविक सोल्यूशन देर इज नो चेंज इन इट्स कलर बट विद बेस इट्स कलर चेंजिज टू ब्लू एंड फॉर सॉल्ट देर इज नो चेंज इन कलर फॉर रेड लिटमस पेपर ठीक तो यह सारे ऑब्जरवेश अपने दिमाग रखना और ही अहला इंडीकेटर जो कि लिटमस पेपर से ठीक है ओनू समझ लिया साढ़े को अगला इंडीकेटर है फिनाल फैन ਜੋ ਕਿ ਇੱਕ ਆਰਗੈਨਿਕ ਡਾਈ ਹੈ ਕਲਰਲੈਸ ਪਾਊਡਰ ਹੁੰਦਾ ਹੈ ਇਹਦਾ ਜਿਹਦਾ ਕੀ ਕਰਦੇ ਆ ਸੋਲਿਊਸ਼ਨ ਬਣਾਉਂਦੇ ਆ ਔਰ ਜਿਹੜਾ ਇਹਦਾ ਸੋਲਿਊਸ਼ਨ ਹੁੰਦਾ ਹੈ ਨਾ ਉਹ ਵੀ ਕਲਰਲੈਸ ਹੁੰਦਾ ਠੀਕ ਆ ਹੁਣ ਕਰਦੇ ਕੀ ਹੈ ਜਦੋਂ ਇਹਨੂੰ ਐਸਟਿਕ ਮੀਡੀਅਮ ਜਾਂ ਨਿਊਟਰਲ ਮੀਡੀਅਮ ਚ ਪਾਉਂਦੇ ਆ ਤਾਂ ਕੋਈ ਕਲਰ ਨਹੀਂ ਦਿੰਦੀ ਪਰ ਜਦੋਂ ਇਹਨੂੰ ਬੇਸਿਕ ਜਾਂ ਅਲਕਲਾਈਨ ਮੀਡੀਅਮ ਦੇ ਵਿੱਚ ਪਾਉਂਦੇ ਆ ਤਾਂ ਇਹ ਲਾਈਟ ਪਿੰਕ ਕਲਰ ਦਿੰਦੀ ਹੈ ਅਗਰ ਤੁਸੀਂ ਬੇਸ ਜ਼ਿਆਦਾ ਪਾਜੂ ਪਾਦੋਗੇ ਤਾਂ कलर होर ज़्यादा डीप हों नैक्सट जोड़ी डाई है वह साढ़े को मिथायल ऑरेंज नाम तो ही इंडीकेट है कलर कितना होगा ऑरेंज होगा और एक्शन की है न्यूट्रल मीडियम कोई कलर चेंज नहीं आता अपना कलर मेनटेन करती है एसटिक मीडियम कलर रैड चेंज हो जाता है तो बेसिक मीडियम कलर येलो आ जाता नैक्सट इंडिकेटर इज़ रैड ਕੈਬੇਜ ਜੂਸ ਇਹ ਕਿਹਦੇ ਤੋਂ ਬਣਦਾ ਹੈ ਇਹ ਕਿਸੇ ਕੈਬੇਜ ਦੇ ਲੀਵਸ ਤੋਂ ਐਕਸਟਰੈਕਟ ਕੀਤਾ ਜਾਂਦਾ ਹੈ ਤੇ ਇਹਦਾ ਐਕਸ਼ਨ ਕੀ ਹੁੰਦਾ ਹੈ ਐਸਿਡਿਕ ਬੇਸਿਕ ਮੀਡੀਅਮ ਤੇ ਐਸਿਡਿਕ ਮੀਡੀਅਮ ਚ ਆਪਣਾ ਕਲਰ ਮੇਨਟੇਨ ਰੱਖਦਾ ਰੈਡ ਪਰ ਬੇਸਿਕ ਚ ਇਹਦਾ ਕਲਰ ਗ੍ਰੀਨ ਹੋ ਜਾਂਦਾ ਨੈਕਸਟ ਇੰਡੀਕੇਟਰ ਇਜ਼ ਟਰਮਰਿਕ ਜੂਸ ਕਦੇ ਕਦੇ ਅਸੀਂ ਟਰਮਰਿਕ ਪੇਪਰ ਵੀ ਯੂਜ਼ ਕਰ ਲੈਂਦੇ ਆ ਲੈਬ ਦੇ ਵਿੱਚ ਜੋ ਟਰਮਰਿਕ ਜੂਸ ਹੈ ਜਾਂ ਟਰਮਰਿਕ ਪੇਪਰ ਹੈ ਬਣਦਾ ਕਿਤੇ ਤੂੰ ਅਮਰੀਕ ਤੋਂ ਬੰਦਾ ਜਿਹਨੂੰ ਅਸੀਂ ਦੇਸੀ ਲੈਂਗੁਏਜ ਦੇ ਵਿੱਚ ਕੀ ਕਹਿੰਦੇ ਆ ਹਲਦੀ ਕਹਿੰਦੇ ਆ ਹੁਣ ਇਹਦਾ ਐਕਸ਼ਨ ਸਮਝਣ ਵਾਸਤੇ ਅੱਛਾ ਪਹਿਲਾਂ ਇੱਕ ਗੱਲ ਕਰ ਲੈਣੇ ਆ ਕਿ ਜਦੋਂ ਅਸੀਂ ਇਹਦਾ ਸੋਲੂਸ਼ਨ ਬਣਾਵਾਂਗੇ ਤਾਂ ਸੋਲੂਸ਼ਨ ਕਿਹੜੇ ਰੰਗ ਦਾ ਹੋਊਗਾ ਆਬਵੀਅਸਲੀ ਸੋਲੂਸ਼ਨ ਯੈਲੋ ਕਲਰ ਦਾ ਹੋਊਗਾ ਤੇ ਗੱਲ ਯਾਦ ਰੱਖਿਓ ਨਿਊਟਰਲ మీడియం ਦੇ ਵਿੱਚ ਤੇ ਐਸਟਿਕ మీడియం ਦੇ ਵਿੱਚ ਇਹ ਯੈਲੋ ਕਲਰ ਮੇਨਟੇਨ ਕਰਦਾ ਹੈ ਹੁਣ ਨਿਊਟਰਲ మీడియం ਦੇ ਵਿੱਚ ਇਹਨੂੰ ਰੱਟਾ ਮਾਣ ਦੀ ਲੋੜ ਨਹੀਂ ਹੈ ਤੁਸੀਂ ਥੋੜਾ ਜਿਹਾ ਹਲਦੀ ਨੂੰ ਲੋ ਔਰ ਪਾਣੀ ਦੇ ਵਿੱਚ ਡਿਸਾਲਵ ਕਰ ਲੋ ਤੋ ਕਿਹੜਾ ਸੋਲਿਊਸ਼ਨ ਆਊਗਾ ਪਾਣੀ ਨਿਊਟਰਲ ਹੈ ਤੁਹਾਡੇ ਕੋਲੇ ਕਿਹੜਾ ਸੋਲਿਊਸ਼ਨ ਆਊਗਾ yellow lemon water ਦੇ ਵਿੱਚ ਥੋੜੀ ਜਿਹੀ ਹਲਦੀ ਪਾਓ ਤਾਂ ਵੀ ਉਹਦਾ yellow ਕਲਰ ਮੇਨਟੇਨ ਰਹੂਗਾ ਬਟ ਜਦੋਂ ਬੇਸਿਕ ਮੀਡੀਅਮ ਜਾਂਦਾ ਉਦੋਂ ਕੀ ਹੁੰਦਾ ਬੇਸਿਕ ਮੀਡੀਅਮ ਦੇ ਵਿੱਚ ਸਮਝਣ ਲਈ ਆਪਾਂ ਕੀ ਕਰਦੇ ਹਾਂ ਛੋਟਾ ਜਿਹਾ ਐਕਸਪੈਰੀਮੈਂਟ ਕਰਕੇ ਦੇਖਦੇ ਹਾਂ ਜਿਹਦੇ ਵਿੱਚ ਕੀ ਹੈ ਹੁੰਦਾ ਕਿ ਜੇ ਜਦੋਂ ਅਸੀਂ ਸਪੋਜ਼ ਕਰੋ ਕੁਝ ਖਾ ਰਹੇ ਹਾਂ ਸਬਜ਼ੀ ਖਾ ਰਹੇ ਹਾਂ ਜਿਹਦੇ ਵਿੱਚ ਹਲਦੀ ਵੀ ਹੈ ਤਾਂ ਉੰਦਾ ਗਿਆ ਕਦੇ-ਕਿਦੇ ਖਾਂਦੇ-ਖਾਂਦੇ ਸਾਡੀ ਸ਼ਰਟ ਤੇ गिर ਜਾਂਦਾ ਹੈ गिर ਜਾਂਦਾ ਹੈ ਨਾ ਉਸ ਤੋਂ ਬਾਅਦ ਕੀ ਕਰਦੇ ਹਾਂ ਉਸ ਤੋਂ ਬਾਅਦ ਅਸੀਂ ਆਪਣੇ ਸ਼ਰਟ ਨੂੰ ਧੋਵਾਂਗੇ ਸਾਬਣ ਦੇ ਨਾਲ ਧੋਵਾਂਗੇ ਤੇ ਜਦੋਂ ਸਾਬਣ ਦੇ ਨਾਲ ਧੋਂਦੇ ਹਾਂ ਤੁਸੀਂ ਜਿਹੜਾ ਸਾਬਣ ਹੈ ਉਹਦਾ ਨੇਚਰ ਕੀ ਹੈ ਬੇਸਿਕ ਹੈ ਤਾਂ ਕਲਰ ਕਿਦੇ ਵਿੱਚ ਚੇਂਜ ਹੋ ਜਾਂਦਾ ਹੈ ਕਲਰ ਥੋੜਾ ਜਿਹਾ ਰੈਡੀਸ਼ ਬ੍ਰਾਊਨ ਹੋ ਜਾਂਦਾ ਠੀਕ ਹੈ ਤਾਂ ਇਹੀ ਬੇਸਿਕ ਮੀਡੀਅਮ ਦੇ ਵਿੱਚ ਇਸ ਟਰਮਰਿਕ ਜੂਸ ਜਾਂ ਕੈਲੋ ਟਰਮਰਿਕ ਪੀ ਪਰਦਾ ਕੀ ਹੋਣਾ ਐਕਸ਼ਨ ਹੋਣਾ ਸੋਪ ਤੁਹਾਡਾ ਬੇਸ ਹੈ ਠੀਕ ਹੈ ਤੁਸੀਂ ਬੇਸਿਕ మీడియం ਪ੍ਰੋਵਾਈਡ ਕਰ ਦਿੱਤਾ ਟਰਮਰਿਕ ਨੂੰ ਜਿਹੜੀ ਸਬਜੀ ਸ਼ਰਟ ਤੇ ਗਿਰੀ ਹੋਈ ਹੈ ਉਹ ਕੀ ਹੈ ਉਹ ਇੱਕ ਟਾਈਪ ਦੀ ਇੰਡੀਕੇਟਰ ਹੀ ਹੈ ਨਾ ਤਾਂ ਸੋਪ ਦਾ ਜਦੋਂ ਤੁਸੀਂ ਐਕਸ਼ਨ ਕੀਤਾ ਸੋਪ ਦੇ ਨਾਲ ਆਪਣੀ ਸ਼ਰਟ ਨੂੰ ਰਗੜਿਆ ਤਾਂ ਹੋਊਗਾ ਕਿ ਟਰਮਰਿਕ ਜਿਹਦਾ ਕਲਰ yellow ਸੀ ਕਿਦਾ ਕਿਹੜੇ ਚੇਂਜ ਹੋ ਜਾਊਗਾ রেডਿਸ਼ ਬ੍ਰਾਊਨ ਦੇ ਵਿੱਚ ਚੇਂਜ ਹੋ ਜਾਊਗਾ ਸੋ ਦਿਸ ਇਜ਼ ਦੀ action of turmeric juice or turmeric pepper on basic medium last category hai sade kole all factory indicators natural occurring substances hunde ne jinna di ek particular smell hundi hai kadon jadon apna medium change karde jadon ohna nu acidic medium ch pao to ohna di kuch hor type di smell hogi basic de vich kuch hor type di hogi ਠੀਕ ਹੈ ਇਹਦੇ ਵਿੱਚ ਜਿੱਦਾਂ ਹੁਣ ਕਿਹਾ ਨੈਚੁਰਲ ਅਕਰਿੰਗ ਸਬਸਟੈਂਸਸ ਹੈ ਇਹਦੇ ਵਿੱਚ ਐਗਜ਼ਾਮਪਲ ਆਂਦੀ ਹੈ ਓਨੀਅਨ ਦੂਸਰਾ ਹੈਗਾ ਸਾਡੇ ਕੋਲੇ ਕਲੋਵ ਐਂਡ ਥਰਡ ਵਨ ਇਜ਼ ਵਨੀਲਾ ਐਕਸਟ੍ਰੈਕਟ ਠੀਕ ਹੈ ਹੁਣ ਅਸੀਂ ਵਾਰੀ-ਵਾਰੀ ਇਹਨਾਂ ਨੂੰ ਦੇਖਦੇ ਆਂ ਸੋ ਦੇਖਦੇ ਆਂ ਇਹਨਾਂ ਦਾ ਐਕਸ਼ਨ ਕਿੱਦਾਂ ਹੁੰਦਾ ਐਸਟ੍ਰਿਕ ਮੀਡੀਅਮ ਤੇ ਬੇਸਿਕ ਮੀਡੀਅਮ ਦੇ ਵਿੱਚ ਓਨੀਅਨ ਦੇਖਦੇ ਆਂ ਸਭ ਤੋਂ ਪਹਿਲਾਂ ਕਰਨਾ ਕੀ ਹੁੰਦਾ ਅ ਸਟ੍ਰਿਪਸ ਲੈ ਲਓ ਕਿਸੇ ਵੀ ਖਲੋਦੀਆਂ ਠੀਕ ਹੈ ਔਰ ਜੋ ਆਨੀਅਨ ਉਹਦੇ ਪੀਸਿਸ ਕੱਟ ਲੋ ਉਹਨਾਂ ਨੂੰ ਇੱਕ ਪੌਲੀਥੀਨ ਚ ਬੰਨ ਲਓ ਔਰ ਇਹਨਾਂ ਨੂੰ ਟਾਈਟ ਕਰਕੇ ਫ੍ਰੀਜ਼ਰ ਚ ਰੱਖ ਦਿਓ ਥੋੜੀ देर ਪਿਆ ਰਹਿਣ ਦਿਓ ਉਸ ਕਪੜੇ ਦੇ ਵਿੱਚ ਕੀ ਆ ਜਾਊਗਾ ਆਨੀਅਨ ਦੀ ਇੱਕ ਪਾਰਟਿਕੂਲਰ ਸਮੈਲ ਹੁੰਦੀ ਹੈ ਨਾ ਉਹ ਸਾਰੀ ਉਹਨਾਂ ਦੇ ਵਿੱਚ ਆ ਜਾਊਗੀ ਹੁਣ ਜਦੋਂ ਤੁਸੀਂ ਉਸ ਜਿਹੜਾ ਕਪੜਾ ਹੈ ਜਿਹੜਾ ਜਿਹਦੇ ਵਿੱਚ ਆਨੀਅਨ ਦੀ ਸਮੈਲ ਐਬਜ਼ਾਰਬ ਹੋ ਗਈ ਹੋਈ ਹੈ ਤੁਸੀਂ ਉਹਨੂੰ ਐਸਿਡਿਕ ਮੀਡੀਅਮ ਦੇ ਵਿੱਚ ਲੈ ਕੇ ਜਾਂਦੇ ਆ ਮੰਨ ਲਓ ਉਹਦੇ ਉੱਤੇ ਐਚसीएल ਪਾਉਂਦੇ ਆ ਠੀਕ ਹੈ ਉਹਦੀ 스멜 ਮੇਨਟੇਨ ਰਹੂਗੀ ਉਹਦੀ ਉਹੀ ਪਾਰਟिकुलर 스멜 ਆਊਗੀ ਪਰ ਜੇਕਰ ਤੁਸੀਂ ਉਸੇ ਕਲੋਥ ਤੇ ਤੁਸੀਂ ਕੀ ਕਰਦੇ ਆ ਥੋੜਾ ਜਿਹਾ ਸੋਡੀਅਮ ਹਾਈਡਰੋਕਸਾਈਡ ਪਾਉਂਦੇ ਆ ਤਾਂ ਉਹਦੀ 스멜 ਖਤਮ ਹੋ ਜਾਊਗੀ ਤੁਹਾਨੂੰ ਉਥੋਂ ਅਨੀਅਨ ਦੀ ਪਾਰਟिकुलर 스멜 ਨਹੀਂ ਆਊਗੀ ਕਲੋਅ ਆਇਲ ਹੈ ਕਲੋਅ ਆਇਲ ਕੀ ਹੁੰਦਾ ਲੌਂਗਾਂ ਦਾ ਤੇਲ ਠੀਕ ਹੈ ਇਹਦੀ ਵੀ ਇੱਕ ਖਾਸ ਖੁਸ਼ਬੂ ਹੁੰਦੀ ਹੈ ਖਾਸ ਹੈ ਨਾ 스멜 ਹੁੰਦੀ ਹੈ ਨਾ ਤਾਂ ਇਹ ਐਸਿਡਿਕ ਮੀਡੀਅਮ ਦੇ ਵਿੱਚ ਮੇਨਟੇਨ ਰਹਿੰਦੀ ਹੈ ਜਦ ਕਿ ਬੇਸਿਕ ਮੀਡੀਅਮ ਦੇ ਵਿੱਚ ਜੋ ਕਲੋਵਸ ਦੀ ਇੱਕ ਤਿੱਖੀ ਜੀ ਸਮੈਲ ਹੁੰਦੀ ਹੈ ਨਾ ਉਹ ਖਤਮ ਹੋ ਜਾਂਦੀ ਹੈ ਇਸ ਤੋਂ ਇਲਾਵਾ ਵਨੀਲਾ ਐਕਸਟ੍ਰੈਕਟ ਠੀਕ ਹੈ ਵਨੀਲਾ ਐਕਸਟ੍ਰੈਕਟ ਦੀ ਬਹੁਤ ਮਿੱਠੀ ਜੀ ਖੁਸ਼ਬੂ ਹੁੰਦੀ ਹੈ ਐਸਟਰ ਹੈ ਇਹ ਇੱਕ ਤੋਂ ਇਹਦੇ ਵਿੱਚ ਕੀ ਹੈ ਇਹਦੇ ਇਹਨੂੰ ਜਦੋਂ ਅਸੀਂ ਐਸਿਡਿਕ ਮੀਡੀਅਮ ਦੇ ਵਿੱਚ HCl ਦੇ ਵਿੱਚ ਲੈ ਕੇ ਜਾਂਦੇ ਆ ਤਾਂ ਇਹਦੀ ਸਮੈਲ ਮੇਨਟੇਨ ਰਹਿੰਦੀ ਹੈ ਉਹੀ ਖੁਸ਼ਬੂ ਉਹੀ ਮਿੱਠੀ ਜੀ ਖੁਸ਼ਬੂ ਆਉਂਦੀ ਰਹਿੰਦੀ ਹੈ ਪਰ ਜਿੱਦਾਂ ਹੀ ਅਸੀਂ ਇਹਨੂੰ ਬੇਸਿਕ ਮੀਡੀਅਮ ਦੇ ਵਿੱਚ ਲੈ ਕੇ ਜਾਂਦੇ ਆ ਤਾਂ ਇਹਦੀ ਜਿਹੜੀ ਉਹ ਪਿਆਰੀ ਜਿਹੀ ਮਿੱਠੀ ਜਿਹੀ ਖੁਸ਼ਬੂ ਆ ਉਹ ਕੀ ਹੋ ਜਾਂਦੀ ਹੈ ਸੁਪਰੈਸ ਹੋ ਜਾਂਦੀ ਹੈ ਖਤਮ ਹੋ ਜਾਂਦੀ ਹੈ ਠੀਕ ਹੈ ਸੋ ਇਹ ਕੀ ਸੀਗੇ 올 ਫੈਕਟਰੀ ਇੰਡੀਕੇਟਰ ਸੀਗੇ ਜਿਹੜੇ ਤੁਹਾਨੂੰ ਇੰਡੀਕੇਟ ਕਰ ਰਹੇ ਹੈ ਕਿ ਵੈਦਰ ਸੋਲੂਸ਼ਨ ਇਜ਼ ਐਸਿਡਿਕ ਬੇਸਿਕ ਠੀਕ ਹੈ ਜੀ ਕਿਦਾਂ ਵਿਦ ਦਾ ਹੈਲਪ ਆਫ देयर ਪਾਰਟिकुलर 스멜 ਅਨੀਨ ਦੀ ਆਪਣੀ 스멜 ਆ ਕਲੋਵ ਦੀ ਆਪਣੀ ਸਮੈਲ ਹੈ ਵਨੀਲਾ ਦੀ ਆਪਣੀ ਸਮੈਲ ਹੈ ਔਰ ਇਹ ਸਾਰੇ ਦੇ ਸਾਰੇ ਚਾਹੇ ਅਨੀਅਨ ਹੈ ਕਲੋਵ ਹੈ ਵਨੀਲਾ ਸਾਰੇ ਦੇ ਸਾਰੇ ਸਾਡੇ ਕੋਲੇ ਨੇਚਰਲ ਸਬਸਟੈਂਸਸ ਹਨ ਇਹਨਾਂ ਦੀ ਨੇਚਰਲ ਐਗਜ਼ਿਸਟੈਂਸ ਹੈ